Sorry, and suddenly
ਇੱਕ ਕੁਦਰਤ ਦਾ ਨਿਯਮ ਹੈ। ਮੇਰੀ ਗੱਲ ਧਿਆਨ ਨਾਲ ਸੁਣੋ ਮੜੀਏ, ਇੱਕ ਕੁਦਰਤ ਦਾ ਨਿਯਮ ਹੈ ਕਿ ਚਿੜੀਆਂ ਚਿੜੀਆਂ ਨਾਲ ਉੱਡਦੀਆਂ ਨੇ, ਕਾਂ ਕਾਵਾਂ ਨਾਲ ਉੱਡਦੇ ਨੇ, ਕੂੰਜਾਂ ਕੂੰਜਾਂ ਨਾਲ ਉੱਡਦੀਆਂ ਨੇ, ਅਤੇ ਬੰਦੇ ਹੀ ਆ ਜਿਹੜੇ ਚੋਰਾਂ ਨਾਲ ਠੱਗ ਤੁਰੀ ਫਿਰਦੇ ਨੇ, ਇਮਾਨਦਾਰਾਂ ਨਾਲ ਬੇਈਮਾਨ ਤੁਰੀ ਫਿਰਦੇ ਨੇ, ਸ਼ਰੀਫਾਂ ਨਾਲ ਲੁੱਚੇ ਤੁਰੀ ਫਿਰਦੇ ਨੇ। ਇੱਕ ਚਿੜੀ ਅਸਮਾਨ 'ਚ ਉੱਡੀ ਜਾ ਰਹੀ ਸੀ, ਉਹਦੇ ਪਿੱਛੇ ਕਾਂ ਆ ਰਿਹਾ ਸੀ। ਚਿੜੀ ਹੈਰਾਨ ਰਹਿ ਗਈ ਵੀ ਚਿੜੀਆਂ ਨਾਲ, ਚਿੜੀਆਂ ਪਿੱਛੇ ਤਾਂ ਚਿੜੀਆਂ ਆਉਂਦੀਆਂ, ਕਾਂ ਕਿਵੇਂ ਆ ਰਿਹਾ। ਚਿੜੀ ਨੇ ਉਹਨੂੰ ਪਿੱਛੇ ਮੁੜ ਕੇ ਵੇਖਿਆ ਕਿ ਤੂੰ ਕਿੱਧਰ ਨੂੰ। ਕਾਂ ਚਿੜੀ ਨੂੰ ਕਹਿੰਦਾ ਕਿ ਥੱਲੇ ਦੋ ਚਿੜੇ ਗੱਲਾਂ ਕਰਦੇ ਸੀ ਕਿ ਅੱਜ ਚਿੜੀ ਕੁੱਟਣੀ ਆ, ਮੈਂ ਤੇਰੀ ਹਿਫਾਜ਼ਤ ਨੂੰ ਆਇਆ। ਚਿੜੀ ਕਹਿੰਦੀ ਲੁੱਚਿਆਂ ਦੀ ਹਿਫਾਜ਼ਤ ਨਾਲੋਂ ਸ਼ਰੀਫਾਂ ਦੀ ਕੁੱਟ ਚੰਗੀ ਬਣੀ। ਕਹਿੰਦੇ ਨੇ ਜ਼ਿੰਦਗੀ 'ਚ ਹਸਾਉਣਾ ਹੀ ਔਖਾ, ਬਾਕੀ ਸਾਰੇ ਕੰਮ ਬੜੇ ਸੌਖੇ ਨੇ। ਸਾਡੇ ਜਿੱਥੇ ਫਕੀਰ ਮਹਿਮੀ ਹੋਣੀ ਬੈਠੇ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਫੋਲੋ ਕਰਿਆ ਕਰੋ ਫਕੀਰ ਮਹਿਮੀ ਪੇਜ 'ਤੇ। ਇਹ ਸਵੇਰ ਨੂੰ ਰੋਜ਼ ਹੀ ਹਸਾਉਣ ਦਾ ਕੰਮ ਕਰਦੇ ਨੇ, ਇਹ ਕੰਮ ਬਹੁਤ ਔਖਾ। ਇੱਕ ਕਾਫੀ ਚਿਰ ਬਾਅਦ ਮੁੰਡੇ ਕੁੜੀ ਦਾ ਲਵ ਅਫੇਅਰ ਤੋਂ ਬਾਅਦ ਵਿਆਹ ਹੋ ਗਿਆ, ਅਤੇ ਵਿਆਹ ਹੋਣ ਤੋਂ ਬਾਅਦ ਕੁੜੀ ਨੇ ਕਿਹਾ ਕਿ